ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਵੱਡਿਓ ਕੀ ਨਾਮ ਹੈ ਤੁਹਾਡਾ? ਰਫੀਕ। ਵੱਡਿਓ ਕਿੰਨੀ ਦੇਰ ਤੋਂ ਤੁਸੀਂ ਆ ਜਗ੍ਹਾ ਤੇ ਰਹਿ ਰਹੇ ਹੋ? ਸ਼ੁਰੂ ਤੋਂ ਜਿੱਥੋਂ ਤੱਕ ਮਾਰੇ ਬਾਪ ਸੀ ਸਰ, ਉਹ ਵੀ ਇੱਥੇ ਰਹੇ ਨੇ। ਯਾਨੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਤੁਸੀਂ ਇੱਥੇ ਰਹਿ ਰਹੇ ਹੋ? ਪਹਿਲਾਂ ਦੇ, ਪਾਕਿਸਤਾਨ ਤੋਂ ਪਹਿਲਾਂ ਦੇ ਇੱਥੋਂ ਦੇ। ਤੇ ਵੱਡੇ ਉੱਥੇ ਨਾਲ ਹੀ ਹੈ, ਬਿਲਕੁਲ ਬਾਰਡਰ ਹੈਗਾ, ਤੇ ਕੋਈ ਡਰ ਕੋਈ ਖੌਫ ਵਗੈਰਾ ਐਸਾ ਤਾਂ ਨਹੀਂ ਇੱਥੇ ਕੋਈ ਹੁੰਦਾ? ਨਹੀਂ, ਸਾਨੂੰ ਕੋਈ ਨਹੀਂ ਖੌਫ। ਨਹੀਂ ਤਾਂ ਹੁੰਦਾ ਨਾ ਕਿ ਜਿਸ ਤਰ੍ਹਾਂ ਯਾਨੀ ਕਿ ਸਾਨੂੰ 65 ਦੀ ਜੰਗ ਲੱਗੀ, 71 ਦੀ ਜੰਗ ਲੱਗੀ, ਤੇ ਤੁਸੀਂ ਉਦੋਂ ਯਾਨੀ ਕਿ 65 ਦੀ ਜੰਗ ਸੀ ਜਾਂ 71 ਦੀ ਜੰਗ ਸੀ, ਤੇ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਉਦੋਂ ਮੈਂ ਛੋਟਾ ਹੀ ਸੀ, ਹੌਲਾ ਹੀ ਹਾਂ, ਬੱਚਾ ਹੀ ਛੋਟਾ ਜਿਹਾ। ਅਤੇ ਉਹਦੀ ਪੂਰੀ ਸੰਭਾਲ ਸੀ। ਮੈਂ 3 ਵਜੇ ਦਾ ਟਾਈਮ ਸੀ ਜਦੋਂ 65 ਦਾ ਜੰਗ ਹੋਇਆ, ਹੌਲਾ ਹੀ ਸੀ ਉਦੋਂ ਜਿੱਥੇ ਬੱਚਾ। 3 ਵਜੇ ਤੋਂ ਬਾਅਦ ਉੱਠੇ ਨੇ ਸਾਡੇ ਸੁਬਹਾ 4 ਵਜੇ ਜਦੋਂ 65 ਦਾ ਜੰਗ ਹੋਇਆ। ਅਤੇ ਵੱਡਿਓ ਜਦੋਂ ਤੁਸੀਂ ਯਾਨੀ ਕਿ ਇਸ ਪਿੰਡ ਦੇ ਵਿੱਚ ਜਦੋਂ ਦੇ ਯਾਨੀ ਕਿ ਤੁਸੀਂ ਤੁਹਾਡੇ ਬਾਪ ਦਾਦਾ ਤੋਂ ਯਾਨੀ ਕਿ ਇੱਥੇ ਤੁਸੀਂ ਰਹਿ ਰਹੇ ਹੋ ਇਸੇ ਜਗ੍ਹਾ ਤੋਂ? ਸ਼ੁਰੂ ਤੋਂ ਇਹੋ ਹੀ ਪਿੰਡ, ਵੱਡੇ ਵੀ ਸਾਡੇ ਵੀ ਆਈ ਵੀ ਗਾਂ ਇੱਥੇ। ਅਤੇ ਇਸੇ ਪਿੰਡ 'ਚ ਯਾਨੀ ਕਿ ਤੁਸੀਂ ਪੱਲੇ, ਇਸੇ ਪਿੰਡ 'ਚ ਤੁਸੀਂ ਜਵਾਨ ਹੋਏ ਹੋ ਇੱਥੇ, ਅਤੇ ਤੁਹਾਡਾ ਇੱਥੇ ਯਾਨੀ ਕਿ ਪਿੰਡ 'ਚ ਕੀ ਕੰਮ ਸ਼ਾਮ ਕੀ ਕਰਦੇ ਹੋ ਤੁਸੀਂ ਇੱਥੇ? ਯਾਨੀ ਕਿ ਯਾਨੀ ਕਿ ਹੈਗਾ ਤੁਸੀਂ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੇ ਹੋ ਇੱਥੇ? ਗੁਜ਼ਾਰਦੇ ਇੱਥੇ ਨਾ, ਮੈਂ ਜੋ ਵੀ ਕੰਮ ਹੋਵੇ ਦਿਹਾੜੀ ਡੱਪਾਈ ਆ। ਯਾਨੀ ਕਿ ਕੋਈ ਖੇਤਾਂ ਵਗੈਰਾ ਦਾ, ਜ਼ਮੀਨਾਂ ਦਾ ਹੀ ਕੰਮ ਹੈਗਾ? ਜ਼ਮੀਨਾਂ ਦਾ ਜੇ ਹੋਈ ਗਿਆ ਆਪਣੀ ਜ਼ਮੀਨ ਤਾਂ ਕਰ ਲਿਆ, ਨਹੀਂ ਤਾਂ ਠੇਕੇ ਠੂਕੇ ਦੇ ਅੱਗੇ ਚੱਲਦੀ, ਉਹ ਵੀ ਖਤਮ ਹੋ ਗਈ, ਜ਼ਮੀਨਾਂ ਵੇਖ ਗਈਆਂ, ਦਿਹਾੜੀ ਡੱਬਾ ਚੱਲਦਾ ਜੀ, ਗੁਰ ਲੱਗ ਜੇ ਠੀਕ ਹੈ, ਨਹੀਂ ਤਾਂ ਗੁਜ਼ਾਰਾ ਇੱਥੇ ਹੀ ਹੋ ਰਿਹਾ। ਅਤੇ ਯਾਨੀ ਕਿ ਜਦੋਂ ਯਾਨੀ ਕਿ ਇੱਥੇ ਬਾਰਡਰ ਦੇ ਹਾਲਾਤ ਕੁਛ ਖਰਾਬ ਵੀ ਹੁੰਦੇ ਨੇ, ਮੁਲਕੀ ਕਸ਼ੀਦਗੀ ਦੀ ਵਜ੍ਹਾ ਤੋਂ ਕੁਛ ਖਰਾਬ ਵੀ ਹੁੰਦੇ ਨੇ, ਅਤੇ ਇਹ ਇਲਾਕਾ ਕੋਈ ਫੌਜ ਖਾਲੀ ਵਗੈਰਾ ਤਾਂ ਨਹੀਂ ਕਰਾਉਂਦੀ? ਨਹੀਂ ਕਰਾਉਂਦੀ, ਉਹ ਨਹੀਂ ਆਉਂਦੇ। ਜਿਹਨੇ ਵੀ ਉੱਠਣਾ ਨਾ, ਤੂੰ ਆਪ ਹੀ ਉੱਠਣਾ, ਉਹਨੇ ਤੈਨੂੰ ਡੱਕਣਾ ਵੀ ਕਿਉਂ ਜਾਣ ਡਿਆ ਜੀ, ਨਾ ਉੱਠ, ਕੁਝ ਨਹੀਂ ਹੁੰਦਾ। ਯਾਨੀ ਕਿ ਤੁਹਾਡੇ 'ਚ ਮਾਸ਼ਾਅੱਲਾ ਇੰਨੀ ਕੁ ਯਾਨੀ ਕਿ ਤੁਹਾਡੇ 'ਚ ਹਿੰਮਤ ਅਤੇ ਸਟੈਮਿਨਾ ਅੱਲਾਹ ਪਾਕ ਨੇ ਦਿੱਤਾ ਕਿ ਤੁਸੀਂ ਮੁਕਾਬਲਾ ਕਰੋਗੇ ਉਹਨਾਂ ਦਾ? ਪੂਰਾ ਮੁਕਾਬਲਾ ਪੂਰਾ ਹੋਵੇਗਾ, ਜਾਂ ਨਹੀਂ ਹੱਟਣਾ। ਹਾਂਜੀ, ਲਲਕਾਰ ਕੇ ਹੋਣਾ ਬਹੁਤ ਲਲਕਾਰ ਕੇ। ਰਫੀਕ ਸਾਹਿਬ ਥੇ ਯੇ 1965 ਕੀ ਜੰਗ ਜੋ ਥੀ, ਇਹਨੋਨੇ ਆਪਣੇ ਖੁਦ ਹੋਸ਼ੋ ਵਾਸ ਇਹਨੋਨੇ ਦੇਖੀ, ਕਹਿ ਰਹੇ ਕਿ ਮੈਂ ਉਸ ਵਕਤ ਬੱਚਾ ਥਾ ਤੋ ਮੈਨੇ ਇਸ ਜੰਗ ਕੋ ਦੇਖਾ ਹੈ, ਤੋ ਯੇ ਇਸ ਵਕਤ ਸੇ ਯਹਾਂ ਸੇ ਯਹਾਂ ਪੇ ਰਹਿ ਰਹੇ ਹੈ, ਤੋ ਆਪਨੇ ਇਸ ਜਗ੍ਹਾ ਕਾ ਦੇਖਾ, ਹਮ ਇਨਕੇ ਘਰ ਯਹਾਂ ਪੇ ਆਏ ਹੈ, ਇਹਨੋਨੇ ਬਹੁਤ ਅੱਛੀ ਹਮਾਰੀ ਖਾਤਰ ਤਵਾਜ਼ਾ ਕੀ ਹੈ, ਹਮ ਇਨਕੇ ਸ਼ੁਕਰ ਗੁਜ਼ਾਰ ਹੈ, ਤੋ ਹਮੇ ਯਹਾਂ ਸੇ ਇਜਾਜ਼ਤ ਦੀਜੀਏਗਾ, ਫਿਰ ਹਮ ਆਪਕੋ ਕਿਸੀ ਔਰ ਪੁਆਇੰਟ ਪੇ ਲੈ ਕੇ ਜਾਤੇ ਹੈ, ਕਿਸੀ ਔਰ ਜਗ੍ਹਾ ਪੇ ਲੈ ਕੇ ਜਾਤੇ ਹੈ, ਜਹਾਂ ਪੇ ਆਪਕੋ ਹਮ ਦਿਖਾਤੇ ਹੈਂ।